ਉੱਤਰ ਪ੍ਰਦੇਸ਼ ਦੇ ਸ਼ਹਿਰ ਅਯੁੱਧਿਆ ਦੇ ਵਿੱਚ ਅੱਜ ਨਵੇਂ ਬਣ ਰਹੇ ਰਾਮ ਮੰਦਰ ਚ ਪ੍ਰਾਣ ਪ੍ਰਤੀਸ਼ਟਾ ਦਾ ਪ੍ਰੋਗਰਾਮ ਹੋਗੇ। ਇਸ ਸਮਾਗਮ ਦੇ ਵਿੱਚ ਜਿੱਥੇ ਭਾਜਪਾ ਦੇ ਵੱਡੇ ਲੀਡਰ ਅੱਜ ਮੌਜੂਦ ਰਹੇ ਨੇ, ਉੱਥੇ ਹੀ ਦੇਸ਼ ਦੇ ਵੱਡੇ ਉਦਯੋਗਪਤੀ, ਬਾਲੀਵੁੱਡ ਅਤੇ ਸਾਊਥ ਦੇ ਅਦਾਕਾਰ, ਗੀਤਕਾਰ, ਗਾਇਕ ਅਤੇ ਖਿਡਾਰੀ ਵੀ ਇਸ ਸਮਾਗਮ ਦੇ ਵਿੱਚ ਖਾਸ ਤੌਰ ਤੇ ਸ਼ਾਮਲ ਹੋਣ ਲਈ ਪਹੁੰਚੇ ਨੇ। ਆਓ ਇੱਕ ਨਜ਼ਰ ਮਾਰਦੇ ਹਾਂ ਇਨ੍ਹਾਂ ਬੀਆਈਪ ਮਹਿਮਾਨਾਂ ਦੀ ਲਿਸਟ ਤੇ ਜਿਹੜੇ ਅੱਜ ਦੂਰ ਦਰਾਡੇ ਉੱਚਲ ਕੇ ਅਯੁੱਧਿਆ ਦੇ ਵਿੱਚ ਖਾਸ ਤੌਰ ਤੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਵਿਲੇ ਪਹੁੰਚੇ ਹਨ ਇਸ ਲੜੀ ਦੇ ਵਿੱਚ ਸਭ ਤੋਂ ਪਹਿਲਾ ਨਾਮ ਆਉਂਦਾ ਹੈ ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਅਤੇ ਅਭਿਸ਼ੇਕ ਬੱਚਨ ਦਾ ਇਹ ਦੋਵੇਂ ਬਾਪ ਪੁੱਤ ਖਾਸ ਪਹਿਰਾਵੇ ਦੇ ਵਿੱਚ ਅੱਜ ਅਯੁੱਧਿਆ ਪਹੁੰਚੇ ਇਸ ਤੋਂ ਬਾਅਦ ਰਣਵੀਰ ਕਪੂਰ ਅਤੇ ਆਲੀਆ ਪੱਟ ਦੀ ਜੋੜੀ ਵਿੱਕੀ ਕੋਸ਼ਲ ਅਤੇ ਕੈटरीना ਕੈਪ ਦੀ ਜੋੜੀ ਵੀ ਅੱਜ ਰਾਮ ਮੰਦਰ ਦੇ ਉਦਘਾਟਨੀ ਸਮਾਰੋਹ ਦੇ ਵਿੱਚ ਸ਼ਾਮਿਲ ਹੋਏ ਅਦਾਕਾਰ ਜੈਕੀ ਸ਼ਰਾਫ ਆਇਸ਼ਮਾਨ ਖੁਰਾਨਾ ਵਿਵੇਕ ਕੋਬਰਾਏ ਅਨੁਪਮ ਖੇਰ ਅਤੇ ਅਦਾਕਾਰ ਮਨੋਸ਼ ਜੋਸ਼ੀ ਵੀ ਅਯੁੱਧਿਆ ਅੱਜ ਪਹੁੰਚੇ ਅਧਿਕਰਕ ਕੰਗਨਾ ਰਣੋਤ ਮਾਧੂਰੀ ਦੇਕਸ਼ੇਤ ਹੇਮਾ ਮਾਲਣੀ ਜੋ ਕਿ ਭਾਜਪਾ ਸੰਸਦਵੀ ਹੈ ਉਹ ਵੀ ਅੱਜ ਅਯੁੱਧਿਆ ਦੇ ਵਿੱਚ ਹਾਜ਼ਰੀ ਲਵਾਉਣ ਆਈਆਂ ਫਿਲਮ ਨਿਰਮਾਤਾ ਰੋਹਿਤ ਸ਼ੈਟੀ ਰਾਜਕੁਮਾਰ ਹੇਰਾਨੀ ਸੁਭਾਸ਼ ਕਈ ਵੀ ਅੱਜ ਅਯੁੱਧਿਆ ਦੇ ਵਿੱਚ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪਹੁੰਚੇ ਅਦਾਕਾਰ ਅਰुण ਗੋਵਿਲ ਜਿਸਨੇ 파ਰਥ ਦੇ ਬਹੁਤ ਚਰਚਿਤ ਟੀਵੀ ਸੀਰੀਅਲ ਰਮਾਇਣ ਜੀ RAM ਦੀ ਭੂਮਿਕਾ ਨਿਭਾਈ ਸੀ ਉਹ ਵੀ ਅੱਜ ਅਯੋਧਿਆ ਦੇ ਵਿੱਚ ਮੌਜੂਦ ਰਹੇ। ਬਾਲੀਵੁੱਡ ਦੇ ਨਾਲ ਨਾਲ ਸਾਊਥ ਦੇ ਅਦਾਕਾਰਾਂ ਨੇ ਵੀ ਅਯੋਧਿਆ ਦੇ ਵਿੱਚ ਅੱਜ ਹਾਜ਼ਰੀ ਲਵਾਈ ਜਿਨ੍ਹਾਂ ਦੇ ਵਿੱਚ ਅਦਾਕਾਰ ਰਜਨੀ ਕਾਂਤ, ਅਦਾਕਾਰ ਚਿਰੰਜੀਵੀ ਅਤੇ ਅਦਾਕਾਰ ਰਾਮਚਰਨ ਸ਼ਾਮਿਲ ਹੋਏ। ਅਦਾਕਾਰਾਂ ਤੋਂ ਇਲਾਵਾ ਸਾਬਕਾ 파ਰਥੀ ਕ੍ਰਿਕਟਰ ਸਚਿੰਤ ਤੰਦੂਲਕਰ ਅਤੇ ਨੇਲ ਕੁੰਬਲੇ ਵੀ ਅੱਜ ਪ੍ਰਾਨ ਪ੍ਰਤੀਸ਼ਠਾ ਸਮਾਗਮ ਦੇ ਵਿੱਚ ਪਹੁੰਚੇ। ਭਾਰਤੀ ਮੈਲਾ ਕ੍ਰਿਕਟ ਦੀ ਸਬਖਾ ਕੈਪਟਨ ਮਿਥਾਲੀ ਰਾਜ ਅਤੇ ਟੈਨਿਸ ਖਿਡਾਰਨ ਸਾਇਨਾ ਨੇਹਾ ਵਾਲ ਵੀ ਅੱਜ ਦੇ ਸਮਾਗਮ ਦੇ ਵਿੱਚ ਮੌਜੂਦ ਸਨ ਇਸੇ ਬਾਅਦ ਗੱਲ ਕਰਦੇ ਹਾਂ ਉਦਯੋਪਪਤੀਆਂ ਦੀ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਅੰਬਾਨੀ ਪਰਿਵਾਰ ਆਉਂਦਾ ਹੈ ਰਿਲਾਈਐਂਸ ਇੰਡਸਟਰੀਜ਼ ਆ ਚੇਅਰਪਰਸਨ ਮੁਕੇਸ਼ ਅੰਬਾਨੀ ਰਿਲਾਈਐਂਸ ਫਾਊਂਡੇਸ਼ਨ ਦੀ ਚੇਅਰਪਰਸਨ ਨੀਤਾ ਅੰਬਾਨੀ ਦੋਵੇਂ ਇਸ ਸਮਾਗਮ ਦੇ ਵਿੱਚ ਮੌਜੂਦ ਰਹੇ ਉਹਨਾਂ ਦੀ ਧੀ ਇਸ਼ਾ ਅੰਬਾਨੀ ਆਪਣੇ ਘਰਵਾਲੇ ਆਨੰਦ ਪੀਰਮਲ ਨਾਲ ਅਤੇ ਉਹਨਾਂ ਦਾ ਪੁੱਤ ਆਕਾਸ਼ ਅੰਬਾਨੀ ਆਪਣੀ ਘਰਵਾਲੀ ਸ਼ਲੋਕਾ ਮੈਥਾ ਦੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੌਜੂਦ ਰਹੇ ਇਸ ਤੋਂ ਇਲਾਵਾ ਅਦਿੱਤਿਆ ਬਿਰਲਾ ਗਰੁੱਪ ਦੇ ਚੇਅਰਮੈਨ ਕੁਮਾਰ ਮੰਗਲੰਬ ਬਿਰਲਾ ਅਤੇ ਅਨੰਨਿਆ ਬਿਰਲਾ ਵੀ ਅੱਜ ਦੇ ਸਮਾਗਮ ਦੇ ਵਿੱਚ ਸ਼ਾਮਲ ਹੋਏ ਉਦਯੋਗਪਤੀ ਅਨਿਲ ਅੰਬਾਨੀ ਵੀ ਅੱਜ ਦੇ ਸਮਾਗਮ ਦਾ ਹਿੱਸਾ ਬਣੇ ਇਸ ਮਾਈ ਟ੍ਰਿਪ ਦਾ ਕੋ ਫਾਊਂਡਰ ਨਿਸ਼ਾੰਤ ਪਿੱਟੀ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣਿਆ ਅਦਾਕਾਰਾਂ ਅਤੇ ਉਦਯੋਗਪਤੀਆਂ ਤੋਂ ਇਲਾਵਾ ਭਾਰਤ ਦੇ ਸੁਰੀਲੇ ਗਾਇਕ ਵੀ ਪ੍ਰਾਨ ਪ੍ਰਤਿਸ਼ਟਾ ਸਮਾਗਮ ਦੇ ਵਿੱਚ ਹਾਜ਼ਰੀ ਲਵਾਉਣ ਗਏ। ਭਾਰਤ ਦੇ ਉੱਗੇ ਗਾਇਕ ਸ਼ੰਕਰ ਮਹਾਦੇਵਨ ਅਤੇ ਸੋਨੂ ਨਿਕਮ ਨੇ ਅਯੋਧਿਆ ਦੇ ਵਿੱਚ ਰਾਮ ਭਜਨ ਗਾਏ। ਇਸ ਤੋਂ ਇਲਾਵਾ ਗਾਇਕ कैलाश ਖੇਰ, ਗਾਇਕਾ ਅਨੁਰਾਧਾ ਪੋਤਵਾਲ, ਮਿਊਜ਼ਿਕ ਕੰਪੋਜ਼ਰ ਅਨੂ ਮਲਿਕ ਅਤੇ ਕਵੀ ਕੁਮਾਰ ਵਿਸ਼ਵਾਸ ਵੀ ਇਸ ਸਮਾਗਮ ਦਾ ਹਿੱਸਾ ਬਣੇ। ਬਗੀਸ਼ਵਰ ਤੰਬਾਲਾ ਸਾਧ ਤ੍ਰਿੰਦਰ ਸ਼ਾਸਤਰੀ ਅਤੇ ਪਤੰਜਲੀ ਦਾ مالک RAMDEV ਵੀ ਪ੍ਰਾਂਤ ਪ੍ਰਸ਼ਾਸਨ ਸਮਾਗਮ ਦੇ ਵਿੱਚ ਸ਼ਾਮਿਲ ਹੋਇਆ। BJP ਲੀਡਰਾਂ ਦੀ ਗੱਲ ਕਰੀਏ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੀ ਅੱਜ ਦੇ ਇਸ ਸਮਾਗਮ ਦੇ ਵਿੱਚ ਅਹਿਮ ਰਸਮਾਂ ਨਿਭਾਈਆਂ। ਇਸ ਤੋਂ ਇਲਾਵਾ RSS ਮੁਖੀ ਮੋਹਨ ਪਾਗਵਤ ਵੀ ਅੱਜ ਸਮਾਗਮ ਦੇ ਵਿੱਚ ਸ਼ਾਮਿਲ ਰਹੇ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਸ਼ਾਮਿਲ ਰਹੇ। ਇਸ ਤੋਂ ਇਲਾਵਾ BJP ਲੀਡਰ 우ਮਾ ਭਾਰਤੀ ਅਤੇ ਸਾਧਵੀ ਰਿਤੰਬਰਾ ਵੀ ਮੰਦਨ ਦੇ ਉਦਘਾਟਨੀ ਸਮਾਗਮ ਦੇ ਵਿੱਚ ਪਹੁੰਚੇ। ਇਸ ਤੋਂ ਇਲਾਵਾ ਅਮੇਸ਼ਾ ਜਿਹੜੇ ਦੇ ਗ੍ਰਹਿ ਮੰਤਰੀ ਨੇ ਉਹ ਹਾਲਾਂਕਿ ਅੱਜ ਅਯੁੱਧਿਆ ਦੇ ਵਿੱਚ ਨਜ਼ਰ ਨਹੀਂ ਆਏ ਅਮਿਸ਼ਾ ਨੇ ਦਿੱਲੀ ਦੇ ਲక్ష్ਮੀ ਨਰਾਇਣ ਮੰਦਿਰ ਜਿਸ ਨੂੰ ਬਿਰਲਾ ਮੰਦਿਰ ਵੀ ਕਿਹਾ ਜਾਂਦਾ ਹੈ ਉੱਥੇ ਹੀ ਅੱਜ ਰਾਮਦੀਪ ਪੂਜਾ ਕੀਤੀ ਹੈ ਤਾਂ ਇਹ ਸਨ ਉਹ ਨਾਮ ਜਿਹੜੇ ਅੱਜ ਅਯੁੱਧਿਆ ਦੇ ਵਿੱਚ ਖਾਸ ਤੌਰ ਤੇ ਸ਼ਮੂਲੀਅਤ ਕਰਨ ਦੇ ਲਈ ਪਹੁੰਚੇ ਸੀ ਹਾਲਾਂਕਿ ਇਸ ਦੇ ਵਿੱਚ ਪੰਜਾਬ ਦਾ ਕੋਈ ਵੀ ਵੱਡਾ ਨਾਮ ਸ਼ਾਮਿਲ ਨਹੀਂ ਹੋਇਆ ਜਿਹੜਾ ਅਯੁੱਧਿਆ ਦੇ ਵਿੱਚ ਇਸ ਸਮਾਗਮ ਦੇ ਵਿੱਚ ਹਿੱਸਾ ਲੈਣ ਦੇ ਲਈ ਪਹੁੰਚਿਆ